ਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 19 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਹੈ, ਜਿਹਦੇ ਆਖਰੀ ਭਾਗ ਦੇ ਵਿੱਚ ਅਸੀਂ ਕੱਲ੍ਹ ਤੋਂ ਚੱਲ ਰਹੇ ਹਾਂ। ਔਰ ਆਖਰੀ ਭਾਗ ਦੇ ਵਿੱਚ ਅਸੀਂ ਗੁਰਬਾਣੀ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਔਕੜ ਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ। ਕਿਉਂਕਿ ਮੈਂ ਕੱਲ੍ਹ ਬੇਨਤੀ ਕੀਤੀ ਸੀ, ਵੈਸੇ ਤਾਂ ਬਹੁਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹ ਭਰਮ ਜਾਲ ਫੈਲਿਆ ਹੋਇਆ ਪਿਆ, ਦ੍ਰਿੜ ਹੋਇਆ ਹੋਇਆ, ਪਰ ਕੁਝ ਜਿਹੜੇ ਸੂਝਵਾਨ ਵੀ ਨੇ ਜਿਨ੍ਹਾਂ ਨੂੰ ਸੋਝੀ ਵੀ ਹੈ, ਉਹਨਾਂ ਦੇ ਜਦੋਂ ਇਮਤਿਹਾਨ ਦੀ ਘੜੀ ਆ ਜਾਂਦੀ, ਔਕੜ ਦੀ ਘੜੀ ਆ ਜਾਂਦੀ ਹੈ, ਤਾਂ ਉਸ ਵੇਲੇ ਡੋਲ ਜਾਂਦੇ ਨੇ, ਕਿਉਂਕਿ ਇਹ ਨਹੀਂ ਸਮਝ ਵੀ ਅਸੀਂ ਕਰਨਾ ਕੀ ਉਸ ਵੇਲੇ। ਉਸ ਵੇਲੇ ਫਿਰ ਕਿਸੇ ਡੇਰੇ ਵੱਲ ਭੱਜ ਪੈਂਦੇ ਹਾਂ, ਕਿਸੇ ਤਾਂਤਰਿਕ ਵੱਲ ਭੱਜ ਪੈਂਦੇ ਹਾਂ, ਕਿਸੇ ਬ੍ਰਾਹਮਣ ਵੱਲ ਭੱਜ ਪੈਂਦੇ ਹਾਂ, ਕਿਸੇ ਜੋਤਸ਼ੀ ਵੱਲ ਭੱਜ ਪੈਂਦੇ ਹਾਂ। ਸਤਿਗੁਰੂ ਨੇ ਸਾਨੂੰ ਜਿਹੜੀ ਜੀਵਨ ਜਗਤ ਦੱਸੀ ਹੈ ਸਾਰਿਆਂ ਤੋਂ ਨਿਰਾਲੀ ਹੈ। ਅੱਜ ਦਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ, ਹਉ ਤੂੰ ਦਿੱਤੇ ਆਈ। ਬਸ ਸਾਡਾ ਜੋਰ ਇਹ ਹੈ, ਪ੍ਰਭ ਪਾਸ ਜਨ ਕੀ ਅਰਦਾਸ, ਜਨ ਬਣ ਕੇ, ਸੇਵਕ ਬਣ ਕੇ, ਨਿਮਾਣੇ ਹੋ ਕੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ, ਔਰ ਇਸ ਵਿਸ਼ਵਾਸ ਨਾਲ ਕਰੀਏ ਕਿ ਉਹ ਸਾਡਾ ਮਾਤਾ ਪਿਤਾ ਹੈ, ਸਾਡਾ ਭਲਾ ਚਾਹੁੰਦਾ ਹੈ, ਉਹ ਸੱਚਾ ਮਾਲਕ ਹੈ, ਤੂੰ ਸੱਚਾ ਸਾਈਂ। ਔਰ ਇਹ ਵਿਸ਼ਵਾਸ ਜਿੰਨਾ ਚਿਰ ਨਹੀਂ ਕਿ ਸਾਡਾ ਰਾਖਾ ਉਹੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਇਹ ਵਿਸ਼ਵਾਸ ਜਿੰਨਾ ਚਿਰ ਨਹੀਂ ਹੈ, ਉਨਾ ਚਿਰ ਅਰਦਾਸ ਕਿੱਥੋਂ ਹਿਰਦੇ ਚੋਂ ਨਿਕਲੇਗੀ। ਇਹ ਵਿਸ਼ਵਾਸ ਰੱਖ ਕੇ ਕਰੀਏ ਕਿ ਤੂੰ ਰਖਵਾਲਾ ਸਦਾ ਸਦਾ, ਤੂੰ ਸਦਾ ਸਦਾ ਮੇਰਾ ਰਾਖਾ ਹੈ, ਅਤੇ ਮੈਂ ਤੈਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ, ਮੈਂ ਤਾਂ ਸਦਾ ਤੇਰੀ ਸ਼ਰਨ 'ਚ ਆਉਣਾ, ਹੁਣ ਤੁਧ ਤੇ ਆਈ, ਮੈਂ ਸਦਾ ਤੇਰਾ ਹੀ ਸਿਮਰਨ ਕਰਨਾ, ਤੈਨੂੰ ਯਾਦ ਕਰਨਾ, ਮੇਰੇ ਜੀਵਨ ਦੇ ਵਿੱਚ ਖੁਸ਼ੀ ਦਾ ਮੌਕਾ ਆਉਂਦਾ ਹੈ, ਮੈਂ ਤੇਰਾ ਸ਼ੁਕਰਾਨਾ ਕਰਨ ਲਈ ਝੁਕ ਜਾਂਦਾ, ਮੇਰੇ ਜੀਵਨ 'ਚ ਕੋਈ ਔਕੜ ਦਾ ਸਮਾਂ ਆਉਂਦਾ ਹੈ, ਮੈਂ ਤੇਰੇ ਅੱਗੇ ਅਰਦਾਸ ਕਰਨ ਲਈ ਖੜ੍ਹਾ ਹੋ ਜਾਂਦਾ, ਮੈਂ ਸਾਰੀ ਓਟ ਆਸਰਾ ਤੇਰੇ ਉੱਤੇ ਰੱਖਿਆ ਹੋਇਆ, ਤੇਰੇ ਕੋਲੋਂ ਹੀ ਮੰਗਦਾ, ਤੈਨੂੰ ਹੀ ਯਾਦ ਕਰਦਾ, ਤੈਨੂੰ ਹੀ ਸਿਮਰਦਾ। ਇਹ ਵਿਸ਼ਵਾਸ ਲੈ ਕੇ ਹੀ ਅਰਦਾਸ ਹੋ ਸਕਦੀ ਹੈ, ਜੇ ਵਿਸ਼ਵਾਸ ਨਹੀਂ ਤਾਂ ਅਰਦਾਸ ਨਹੀਂ। ਪਰ ਉੱਥੇ ਇੱਕ ਗੱਲ ਦਾ ਹੋਰ, ਸਾਨੂੰ ਜੇ ਵਿਸ਼ਵਾਸ ਹੋਵੇ ਤਾਂ ਸਮਝ ਹੋਣੀ ਚਾਹੀਦੀ ਹੈ। ਅੱਜ ਦਾ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ, ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ, ਦੋਏ ਘਰ ਜੋੜ ਕਰੋਂ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਮੈਂ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਜੀ ਤੁਹਾਡੇ ਅੱਗੇ ਅਰਦਾਸ ਕਰਦਾ ਹੈ, ਅਰਦਾਸ ਕਰਨਾ ਮੇਰਾ ਹੱਕ ਹੈ, ਮੰਗਣਾ ਮੇਰਾ ਹੱਕ ਹੈ, ਤੁਸੀਂ ਮਾਤਾ ਪਿਤਾ ਜੇ, ਮੈਂ ਤੁਹਾਡੀ ਸੰਤਾਨ ਹਾਂ, ਤੁਹਾਡੇ ਕੋਲੋਂ ਮੰਗਣਾ ਮੇਰਾ ਹੱਕ ਹੈ, ਫਰਜ਼ ਵੀ ਹੈ, ਤੁਹਾਨੂੰ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦਾ, ਔਰ ਮੈਂ ਨਿਮਾਣਾ ਹੋ ਕੇ, ਨਿਤਾਣਾ ਹੋ ਕੇ ਅਰਦਾਸ ਕਰ ਰਿਹਾ, ਮੈਨੂੰ ਕੋਈ ਆਪਣੀ ਸਿਆਣਪ ਚਤੁਰਾਈ 'ਤੇ ਵਿਸ਼ਵਾਸ ਨਹੀਂ। ਉਹਦੇ ਬਾਅਦ ਵੀ ਮੇਰੀ ਇਹ ਬੇਨਤੀ ਹੈ
ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਪ੍ਰਵਾਨ ਕਰ ਲੈਣਾ, ਤੁਧ ਭਾਵ ਹੈ ਧਾਨ ਹੈ ਰਾਸ। ਕਿਉਂਕਿ ਮੈਂ ਤਾਂ ਮੰਗਣ ਵਾਲਾ ਹੀ ਹਾਂ, ਮੇਰਾ ਕੰਮ ਤਾਂ ਮੰਗਣਾ ਹੀ ਹੈ। ਮੈਨੂੰ ਇਹ ਨਹੀਂ ਸਮਝ ਵੀ ਜੋ ਮੈਂ ਮੰਗ ਰਿਹਾ ਇਹ ਚੰਗੇ ਵਾਸਤੇ ਹੈ, ਮਾੜੇ ਵਾਸਤੇ ਹੈ, ਮੇਰੇ ਭਲੇ ਵਾਸਤੇ ਹੈ, ਮੇਰੇ ਬੁਰੇ ਵਾਸਤੇ ਹੈ। ਇਹ ਮੈਨੂੰ ਮੰਗਣਾ ਚਾਹੀਦਾ ਨਹੀਂ ਮੰਗਣਾ ਚਾਹੀਦਾ ਮੈਨੂੰ ਨਹੀਂ ਸਮਝ। ਮੈਂ ਤਾਂ ਸਿਰਫ ਤੁਹਾਡੇ ਉੱਤੇ ਟੇਕ ਰੱਖੀ ਹੈ। ਮੈਂ ਤਾਂ ਬਾਲਕ ਬਣ ਕੇ ਬੱਚੇ ਵਾਂਗੂ ਆਪ ਜੀ ਦੇ ਦਰ ਤੋਂ ਮੰਗ ਰਿਹਾ। ਤੁਹਾਨੂੰ ਠੀਕ ਲੱਗੇ, ਤੁਹਾਨੂੰ ਜਾਇਜ਼ ਲੱਗੇ ਕਿ ਮੇਰੀ ਮੰਗ ਜਾਇਜ਼ ਹੈ, ਤੈਨੂੰ ਪ੍ਰਵਾਨ ਕਰ ਲੈਣਾ। ਜੇ ਇਹ ਭਾਵਨਾ ਮਨ ਦੇ ਵਿੱਚ ਹੋਵੇਗੀ ਤਾਂ ਫਿਰ ਸੱਚ ਜਾਣੋ ਕਦੀ ਇਸ ਗੱਲ ਦਾ ਹੱਲ ਅੱਖ ਨਹੀਂ ਹੋਏਗਾ। ਕਦੀ ਰੋਸ ਨਹੀਂ ਆਵੇਗਾ, ਕਦੀ ਸੋਗ ਨਹੀਂ ਮਨ 'ਚ ਪ੍ਰਗਟ ਹੋਏਗਾ ਕਿ ਮੈਂ ਅਰਦਾਸ ਕੀਤੀ ਪ੍ਰਵਾਨ ਨਹੀਂ ਹੋਈ। ਇਹ ਵਿਸ਼ਵਾਸ ਹੋਏਗਾ ਕਿ ਜੋ ਕੁਝ ਹੋ ਰਿਹਾ ਮੇਰੇ ਭਲੇ ਵਾਸਤੇ ਹੈ, ਮੇਰੇ ਕਰਮਾਂ ਦਾ ਲੇਖਾ ਹੋ ਰਿਹਾ, ਮੇਰੇ ਭਲੇ ਵਾਸਤੇ ਹੋ ਰਿਹਾ। ਇਹ ਭਾਵਨਾ ਬੜੀ ਜ਼ਰੂਰੀ ਹੈ ਸਿੱਖ ਦੇ ਅੰਦਰ ਸਦਾ ਹੀ। ਇਹ ਸਮਝ ਲੈਣਾ ਬੜਾ ਜ਼ਰੂਰੀ ਹੈ ਕਿ ਅਰਦਾਸ ਕੋਈ ਮੰਤਰ ਨਹੀਂ, ਜਿਵੇਂ ਬ੍ਰਾਹਮਣ ਮੰਤਰ ਦੇ ਕੇ ਕਹਿੰਦਾ ਵੀ ਇਹ ਮੰਤਰ ਰੱਟ ਤੇਰਾ ਕਾਰਜ ਹੋ ਜਾਏਗਾ, ਉਹ ਤਾਂ ਇਸ ਚੀਜ਼ ਦੀ ਗਰੰਟੀ ਦਿੰਦਾ ਹੈ ਨਾ, ਭਾਵੇਂ ਉਹ ਹੁੰਦਾ ਨਹੀਂ, ਲੇਕਿਨ ਉਹ ਆਪਣੇ ਵੱਲੋਂ ਸਾਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਗੱਲ ਦਾ ਯਕੀਨ ਦਵਾਉਂਦਾ ਕਿ ਇਹ ਮੰਤਰ ਨਾਲ ਤੇਰਾ ਕਾਰਜ ਪੂਰਾ ਹੋ ਜਾਏਗਾ। ਕਿਉਂਕਿ ਉਹਦੀ ਦੁਕਾਨਦਾਰੀ ਇੱਥੇ ਖੜੀ ਹੈ, ਜੇ ਵਿਸ਼ਵਾਸ ਨਹੀਂ ਦਿਵਾਏਗਾ ਤਾਂ ਕੌਣ ਉਹਦੇ ਕੋਲ ਜਾਏਗਾ। ਅੱਜ ਦਾ ਤੀਸਰਾ ਪ੍ਰਮਾਣ ਅਤੇ ਅੱਜ ਦੇ ਵਿਸ਼ੇ ਦਾ, ਇਸ ਪੂਰੇ ਵਿਸ਼ੇ ਦਾ ਆਖਰੀ ਗੁਰਬਾਣੀ ਦਾ ਪ੍ਰਮਾਣ, ਇਹ ਵੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਜੇ ਜਨ ਬਣ ਕੇ ਅਰਦਾਸ ਕਰੀਏ ਤਾਂ ਕਦੀ ਬਿਰਥੀ ਨਹੀਂ ਹੁੰਦੀ, ਵਿਸ਼ਵਾਸ ਦਵਾਉਂਦੇ ਨੇ ਸਤਿਗੁਰੂ ਸਾਨੂੰ। ਪਰ ਉੱਥੇ ਨਾਲ ਕੰਡੀਸ਼ਨ ਹੈ ਕਿ ਜਨ ਕੀ ਅਰਦਾਸ, ਜਨ ਬਣ ਕੇ ਕਰੀਏ ਅਰਦਾਸ, ਸੇਵਕ ਬਣ ਕੇ, ਨਿਮਾਣੇ ਹੋ ਕੇ, ਨਿਤਾਣੇ ਹੋ ਕੇ। ਕਿਉਂਕਿ ਸਾਰਾ ਸਮਰੱਥਾ ਤਾਂ ਉਸ ਅਕਾਲ ਪੁਰਖ ਦੀ ਹੈ ਨਾ, ਜ਼ੋਰ ਤਾਂ ਉਹਦਾ ਹੀ ਨਾ, ਉਹ ਜਿਹੜਾ ਸਾਰੇ ਗੁਣਾਂ ਦਾ ਖਜ਼ਾਨਾ ਹੈ, ਉਹਦਾ ਹੀ ਆਸਰਾ ਹੈ, ਉਹਦੀ ਹੀ ਸਮਰੱਥਾ ਹੈ। ਉਹੀ ਸਾਡੀ ਆਸਾਂ ਪੂਰੀਆਂ ਕਰ ਸਕਦਾ ਹੈ, ਉਹੀ ਸਾਡੀ ਅਰਦਾਸ ਸੁਣ ਸਕਦਾ ਹੈ, ਉਹੀ ਸਾਡੀ ਅਰਦਾਸ ਪ੍ਰਵਾਨ ਕਰ ਸਕਦਾ ਹੈ, ਸਾਡੀਆਂ ਸਾਰੀਆਂ ਔਕੜਾਂ ਦੂਰ ਕਰ ਸਕਦਾ ਹੈ, ਸਾਨੂੰ ਹਰ ਸਮੇਂ ਆਸਰਾ ਦੇ ਸਕਦਾ ਹੈ, ਧੀਰਜ ਦੇ ਸਕਦਾ ਹੈ, ਫਿਰ ਉਹਦੇ ਕੋਲ ਹੀ ਮੰਗੀਏ। ਇਹ ਵਿਸ਼ਵਾਸ ਮਨ ਦੇ ਵਿੱਚ ਜਿੰਨਾ ਚਿਰ ਨਹੀਂ ਆਇਆ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਇਹ ਵਿਸ਼ਵਾਸ ਤਾਂ ਹੀ ਆਏਗਾ ਜਦੋਂ ਇਹ ਵਿਸ਼ਵਾਸ ਬਣੇਗਾ ਕਿ ਤੁਧ ਭਾਵੈ ਤਾਣ ਹੈ ਰਾਸ। ਜੇ ਨਹੀਂ ਪੂਰਨ ਹੋਈ ਤਾਂ ਮੇਰੇ ਭਲੇ ਵਾਸਤੇ ਹੈ, ਮੇਰੇ ਅਕਾਲ ਪੁਰਖ ਦਾ ਅਟਲ ਹੁਕਮ ਹੈ, ਨੇਮ ਹੈ, ਉਹ ਮੇਰਾ ਮਾਤਾ ਪਿਤਾ ਮੇਰਾ ਬੁਰਾ ਨਹੀਂ ਚਾਹੁੰਦਾ, ਮੇਰਾ ਭਲਾ ਚਾਹੁੰਦਾ ਹੈ। ਇਹ ਵਿਸ਼ਵਾਸ ਬਣ ਕੇ ਅਰਦਾਸ ਕਰਨੀ ਪਏਗੀ। ਇੱਕ ਦਿਨ ਦੀ ਹੋਰ ਥੋੜ੍ਹੀ ਜਿਹੀ ਵਿਚਾਰ ਹੈ ਕਿ ਅਸੀਂ ਕੀ ਕਰਮ ਕਰ ਰਹੇ ਹਾਂ, ਉਹ ਕੱਲ੍ਹ ਵਿਚਾਰ ਕਰਕੇ ਵਿਸ਼ੇ ਸਮਾਪਤੀ ਕਰਾਂਗੇ, ਕਿਉਂਕਿ ਜਿੰਨੇ ਵੀ ਇਹ ਕਰਮ ਕਾਂਡ ਨਾਲ ਸੰਬੰਧਿਤ ਵਿਸ਼ੇ ਚੱਲਣਗੇ
ਹਰ ਕਰਮ ਕਾਂਡ ਦੇ ਵਿਸ਼ੇ ਦੇ ਬਾਅਦ ਇਹ ਵਿਚਾਰ ਜ਼ਰੂਰ ਕੀਤੀ ਜਾਏਗੀ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਆਪਣੀ ਸਵੈ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ। ਜੇ ਆਪਣੀ ਸਵੈ ਪੜਚੋਲ ਨਹੀਂ ਕੀਤੀ ਤਾਂ ਫਿਰ ਕੁਝ ਨਹੀਂ ਪ੍ਰਾਪਤ ਹੋਣਾ। ਆਪਣੀ ਸਵੈ ਪੜਚੋਲ ਦੇ ਨਾਲ ਹੀ ਸੱਚ ਜਿਹੜਾ ਪ੍ਰਗਟ ਹੋਣਾ। ਜੀਵਨ ਦੇ ਵਿੱਚ ਤਬਦੀਲੀ ਤਾਂ ਹੀ ਆਉਣੀ ਹੈ ਜੇ ਆਪਣੀ ਸਵੈ ਪੜਚੋਲ ਕਰਨੀ ਹੈ। ਤੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ। ਪੂਰਾ ਵਿਸ਼ਾ ਵਿਚਾਰਦਿਆਂ ਹੋਈਆਂ ਭੁੱਲਾਂ ਵਾਸਤੇ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।